ਪੰਜਾਬ ਕਮਰਸ਼ੀਅਲ ਕਾਲਜ ਅਤੇ ਕੰਪਿਊਟਰ ਸੈਂਟਰ ਇਹ ਮੇਰੇ ਫਾਤਿਹਲ ਨੋਬਲੂ 1979 ਦੇ ਵਿੱਚ ਚਲਾਇਆ ਗਿਆ ਸੀ ਜਿਸ ਨੇ ਜਿਸ ਦੀ ਲੈਗੇਸੀ ਨੂੰ ਅਸੀਂ ਅੱਗੇ ਕੈਰੀ ਫੋਰਵਰਡ ਕਰਦੇ ਹੋਏ ਲਰਨਿੰਗ ਪ੍ਰੋਸੈਸ ਤੇ ਫੋਕਸ ਦਿੰਦੇ ਹੋਏ ਇਸ ਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ ਜਿਸ ਦੇ ਵਿੱਚ ਸਕਿਲਸ ਨੂੰ ਡਿਵੈਲਪ ਕਰਨ ਦੇ ਲਈ ਸਾਡੇ ਕੋਲੇ ਬਹੁਤ ਸਾਰੇ ਕੋਰਸੇਸ ਹੈਗੇ ਜਿਸ ਤਰ੍ਹਾਂ ਤੁਸੀਂ ਕੰਪਿਊਟਰ ਬੇਸਿਕਸ ਦੇ ਵਿੱਚ ਆਪਣੀ ਸਕਿਲ ਡਿਵੈਲਪ ਕਰਨੀ ਹੈ ਤਾਂ ਕੰਪਿਊਟਰ ਬੇਸਿਕਸ ਦੇ ਬਹੁਤ ਸਾਰੇ ਕੋਰਸੇਸ ਨੇ ਜੋ ਕਿ ਮਾਈਕਰੋਸਾਫਟ ਕੰਪਨੀ ਵੱਲੋਂ ਮਾਨਤਾ ਪ੍ਰਾਪਤ ਨੇ ਕੰਪੀਟੀਸ਼ਨ ਦੇ ਵਿੱਚ ਤੁਸੀਂ ਐਕਸਸ ਵੈਅ ਦੇ ਕੋਰਸਸ ਦੀ ਪ੍ਰੈਪਰੇਸ਼ਨ ਵੀ ਕਰ ਸਕਦੇ ਹੋ ਜਦੋਂ ਕਿ ਜਿਸ ਦੇ ਨਾਲ ਬੱਚੇ ਗਵਰਨਮੈਂਟ ਜੌਬ ਐਂਡ ਪ੍ਰਾਈਵੇਟ ਜੌਬਸ ਦੇ ਵਿੱਚ ਵੀ ਬਹੁਤ ਵਧੀਆ ਕਰ ਰਹੇ ਨੇ ਇਸ ਤੋਂ ਇਲਾਵਾ ਕੰਪਿਊਟਰ ਬੇਸਿਕ ਦੇ ਨਾਲ ਨਾਲ ਸਾਡੇ ਕੋਲ ਅਕਾਊਂਟਸ ਦੇ ਕੋਰਸਸ ਨੇ ਜੋ ਕਿ ਟੈਲੀ ਕੰਪਨੀ ਵੱਲੋਂ ਹੀ ਮਾਨਤਾ ਪ੍ਰਾਪਤ ਸਰਟੀਫਿਕੇਟ ਅੰਦਰ ਹੀ ਜਲਾਏ ਜਾਂਦੇ ਨੇ ਇਸ ਦੇ ਥਰੂ ਤੁਸੀਂ ਅਕਾਊਂਟਸ ਤੇ ਅਕਾਊਂਟੈਂਟ ਦੀ ਜੌਬ ਈਵਨ ਗਵਰਨਮੈਂਟ ਸੈਕਟਰ ਦੇ ਵਿੱਚ ਵੀ ਤੁਸੀਂ ਲੈ ਸਕਦੇ ਹੋ ਇਸ ਤੋਂ ਇਲਾਵਾ ਟਾਈਪਿੰਗ ਪੰਜਾਬੀ ਇੰਗਲਿਸ਼ ਐਂਡ ਹਿੰਦੀ ਤਿੰਨ ਨੂੰ ਅਸੀਂ ਸਿਖਾਉਂਦੇ ਹਾਂ ਜਿਸ ਤੇ ਵਿੱਚ ਬੱਚੇ ਤਿਆਰੀ ਕਰਕੇ ਗਲੈਰੀਕਲ ਸਟਾਫ ਵਗੈਰਾ ਦੇ ਵਿੱਚ ਅਡਜਸਟ ਹੁੰਦੇ ਨੇ ਗਵਰਨਮੈਂਟ ਜੌਬ ਵਿੱਚ ਵੀ ਔਰ ਪ੍ਰਾਈਵੇਟ ਵੀ ਔਰ ਹਰ ਵਾਰ ਆਪਣਾ ਜਿਹੜਾ ਰਿਜ਼ਲਟ ਹੈ 100% ਰੇਟ ਟਾਈਪਿੰਗ ਦੇ ਵਿੱਚ ਐਕਿਊਰੇਸੀ ਬੱਚਿਆਂ ਦੀ 99 ਤੋਂ ਵੱਧ ਹੀ ਹੁੰਦੀ ਆ ਇਸ ਤੋਂ ਇਲਾਵਾ ਸ਼ਾਰਟਹੈਂਡ ਉਪਸਿ ਸਿਖਾਣੇ ਆ ਪੰਜਾਬੀ ਐਂਡ ਇੰਗਲਿਸ਼ ਬੋਥ ਇਹਦੇ ਵਿੱਚ ਵੀ ਬੱਚੇ ਆਪਣੇ ਦੇ ਹੈਗੇ ਗਵਰਨਮੈਂਟ ਸੈਕਟਰ ਦੇ ਵਿੱਚ ਸਿਲੈਕਟ ਹੋਏ ਆ ਇਸ ਵਾਰ ਵੀ ਸਿਲੈਕਟ ਹੋਏ ਨੇ ਹਰ ਵਾਰ ਹੀ ਹੁੰਦੇ ਨੇ ਔਰ ਇਸ ਤੋਂ ਇਲਾਵਾ ਆਪਣੇ ਕੋਲੇ ਇੱਕ ਕੁਇਕ ਬੁੱਕ ਦਾ ਕੋਰਸ ਹੈ ਜੋ ਕਿ ਫਾਰਮ ਵਾਲੇ ਬੱਚਿਆਂ ਨੂੰ ਹੈਲਪ ਕਰਦਾ ਹੈ ਮਾਈਕਰੋਸਾਫਟ ਦੇ ਸਰਟੀਫਿਕੇਟ ਵੀ ਬੱਚਿਆਂ ਨੂੰ ਹੈਲਪ ਕਰਦੇ ਆ ਉਧਰ ਆਪਣੇ ਜੌਬਸ ਵਗੈਰਾ ਲੈਣ ਵਾਸਤੇ ਕ੍ਰੈਡਿਟ ਉਹਨਾਂ ਨੂੰ ਮਿਲ ਜਾਂਦੇ ਨੇ ਜੋ ਕਿ ਯੂਨੀਵਰਸਿਟੀ ਦੇ ਵਿੱਚ ਉਹ ਦਿਖਾ ਸਕਦੇ ਨੇ ਪਲੱਸ ਗੁੱਡ ਜੌਬਸ ਉਹ ਲੈ ਸਕਦੇ ਆ ਇਸ ਤਰੀਕੇ ਨਾਲ ਬੱਚੇ ਜੋ ਹੈ ਆਪਣਾ ਇਹ ਕੋਰਸ ਪਲੱਸ 2 ਤੋਂ ਲੈ ਕੇ ਫਰਦਰ ਜਿਨ੍ਹਾਂ ਨੇ ਜੌਬਸ ਲੈਣੀਆਂ ਨੇ ਉਹਨਾਂ ਤੱਕ ਸਭ ਲਈ ਇਹ ਸਕਿੱਲ ਡਵੈਲਪ ਕਰਨ ਦਾ ਬਹੁਤ ਵਧੀਆ ਮੌਕਾ ਹੈ ਕਿਉਂਕਿ ਅਸੀਂ ਮੰਨਦੇ ਆ ਕਿ ਲਰਨਿੰਗ ਇੱਕ ਪ੍ਰੋਸੈਸ ਹੈ ਸਟੇ ਥਰੂ ਤੁਸੀਂ ਆਪਣੀਆਂ ਸਕਿਲਸ ਨੂੰ ਡਿਵੈਲਪ ਕਰਨਾ ਹੈ ਔਰ ਡਿਵੈਲਪ ਕਰਕੇ ਤੁਸੀਂ ਅਰਨਿੰਗ ਕਰਨੀ ਹੈ ਔਰ ਆਪਣੀ ਡ੍ਰੀਮਸ ਨੂੰ ਫੁੱਲਫਿਲ ਕਰ ਸਕਦੇ ਹੋ